साहब कहिंदे ने मन जीतै जग जीत। मन नूं जितना बड़ा मुश्किल है। इत्थे ते वड्डे वड्डे धर्मात्मा धर्म दी दुनिया दे अंदर थिड़कदे हुए नज़र आए ने। ਇਹ ਮਨ ਦਾ ਸੁਭਾਅ ਹੀ ਐਸਾ ਹੈ, ਜਦੋਂ ਤੱਕ ਇਸ ਮਨ ਨੂੰ ਜਿੱਤੋਗੇ ਨਹੀਂ, ਇਹਨੇ ਬਿਲਕੁਲ ਤੁਹਾਨੂੰ ਮੰਜ਼ਿਲ ਦੇ ਕੋਲ ਕਰਕੇ ਨਾ, ਇਹਨੇ ਤੁਹਾਨੂੰ ਚੁੱਕ ਕੇ ਫਿਰ ਪਿਛਾਂ ਮਾਰਨਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੀ ਮੌਜ ਦੇ ਵਿੱਚ ਬੈਠੇ ਨੇ, ਸਾਹਿਬ ਬਖਸ਼ਿਸ਼ਾਂ ਕਰਨ ਦੇ ਲਈ ਬੈਠੇ ਨੇ। ਹਜ਼ੂਰ ਨੇ ਆਖਿਆ ਕੋਈ ਹੈ ਸਿੱਖ ਜਿਹੜਾ ਸਾਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਬਾਣੀ ਸੁਣਾਵੇ ਸ਼ੁੱਧ ਉਚਾਰਨ ਦੇ ਨਾਲ। ਭਾਈ ਗੋਪਾਲਾ ਜੀ ਆਏ, ਸਾਹਿਬ ਦੇ ਅੱਗੇ ਸਿਜਦਾ ਕੀਤਾ, ਮੱਥਾ ਟੇਕਿਆ। ਕਹਿਣ ਲੱਗੇ ਮਹਾਰਾਜ, ਜੇ ਆਪ ਜੀ ਦੀ ਕਿਰਪਾ ਹੋ ਜਾਵੇ, ਆਪ ਜੀ ਦੀ ਮਹਿਰਾਮਤ ਹੋ ਜਾਵੇ ਤੇ ਬਾਣੀ ਦਾਸ ਪੜ੍ਹ ਲਵੇ। ਸਾਹਿਬ ਜੀ ਨੇ ਆਖਿਆ ਪੜ੍ਹੋ, ਅਸੀਂ ਸੁਣਦੇ ਹਾਂ। ਗੁਰੂ ਕੇਵਲ ਉਚਾਰਨ ਕਰਤਾ ਹੀ ਨਹੀਂ ਹੈ, ਗੁਰੂ ਸ਼ਰੋਤੇ ਵੀ ਨੇ। ਸਾਹਿਬ ਨੇ ਬਾਣੀ ਸੁਣੀ ਹੈ, ਬਾਣੀ ਪੜ੍ਹੀ ਗਈ, ਬਾਣੀ ਨੂੰ ਸਾਹਿਬ ਬਹੁਤ ਰਸ ਨਾਲ ਸੁਣ ਰਹੇ ਨੇ। ਬਾਣੀ ਦੀ ਮਹਾਨਤਾ ਬਹੁਤ ਜ਼ਿਆਦਾ ਹੈ, ਹੀਰੇ ਦੀ ਪਰਖ ਜੌਹਰੀ ਜਾਣਦਾ ਹੈ। ਤੇ ਸਾਹਿਬ ਨੂੰ ਮਹਿਸੂਸ ਹੋਇਆ ਕਿ ਬਾਣੀ ਪੜ੍ਹ ਰਹੇ ਨੇ, ਇਸ ਸਿੱਖ ਦੀ ਝੋਲੀ ਦੇ ਵਿੱਚ ਕੋਈ ਕੀਮਤੀ ਚੀਜ਼ ਪਾਉਣੀ ਚਾਹੀਦੀ ਹੈ। ਉੱਧਰੋਂ ਗੁਰਬਾਣੀ ਸੰਪੂਰਨ ਹੋਣ ਜਾ ਰਹੀ ਹੈ ਤੇ ਭਾਈ ਗੋਪਾਲਾ ਜੀ ਦੇ ਮਨ ਅੰਦਰ ਖਿਆਲ ਆਇਆ, ਅੱਜ ਬਾਣੀ ਪੜ੍ਹ ਲਈ ਗਈ ਹੈ, ਸ਼ੁੱਧ ਬਾਣੀ ਪੜ੍ਹੀ ਹੈ, ਕਿਤੇ ਮਾਲਕ ਤਰੁੱਠ ਜਾਣ ਨਾ, ਖੁਸ਼ ਹੋ ਜਾਣ। ਤੇ ਜਿਹੜੀ ਘੋੜੀ ਸਾਹਿਬ ਜੀ ਦੇ ਲਈ ਕੋਈ ਸਿੱਖ ਲੈ ਕੇ ਆਇਆ ਹੈ, ਉਹ ਕਿਤੇ ਘੋੜੀ ਮੈਨੂੰ ਮਿਲ ਜਾਵੇ। ਮਾਲਕ ਸਿੰਘਾਸਣ ਦੇਣ ਦੇ ਲਈ ਤਿਆਰ ਨੇ ਤੇ ਭਾਈ ਗੋਪਾਲਾ ਜੀ ਘੋੜੀ ਦੇ ਉੱਤੇ ਮਨ ਟਕਾਈ ਬੈਠੇ। ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬਿਠਾਉਣਾ ਚਾਹੁੰਦੇ ਨੇ ਤੇ ਭਾਈ ਗੋਪਾਲਾ ਜੀ ਉਹ ਘੋੜੀ ਦੇ ਉੱਤੇ ਹੀ ਮਨ ਡੋਲ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਨੂੰ ਪਾਤਸ਼ਾਹੀਆਂ ਦੇਣਾ ਚਾਹੁੰਦੇ ਨੇ, ਆਪਣੀ ਗੋਦ ਦੇ ਵਿੱਚ ਬਿਠਾ ਕੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਕੀ ਪਾਤਸ਼ਾਹ, ਸਭ ਤੋਂ ਵੱਡਾ ਪਾਤਸ਼ਾਹ ਬਣਾਉਣਾ ਚਾਹੁੰਦੇ ਨੇ। ਤੇ ਅਸੀਂ ਦੁਨਿਆਵੀ ਪਦਾਰਥ ਮੰਗਦੇ ਪਏ,